ਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਤੀਫਾ ਭੇਜਿਆ ਹੈ। ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਆਪਣੇ ਅਸਤੀਫੇ ਦੇ ਵਿੱਚ ਜੋ ਸ਼ਬਦ ਲਿਖੇ ਨੇ ਕਿ ਮੈਂ ਪੰਜਾਬ ਦੇ ਭਵਿੱਖ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ, ਸਮਝੌਤੇ ਨਾਲ ਹੀ ਆਦਮੀ ਦਾ ਪਤਨ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈ, ਇਹ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ। ਸਾਡੇ ਜਿਹੜੇ ਭਰੋਸੇਯੋਗ ਸੂਤਰ ਨੇ, ਉੱਚ ਭਰੋਸੇਯੋਗ ਸੂਤਰ, ਉਹ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਦੇ ਵਿੱਚ ਹੋ ਰਹੀਆਂ ਕੁਛ ਨਿਯੁਕਤੀਆਂ ਤੋਂ ਖੁਸ਼ ਨਹੀਂ ਹੈ। ਪਤਾ ਲੱਗ ਰਿਹਾ ਕਿ APS ਦਿਓਲ, ਜਿਨ੍ਹਾਂ ਨੂੰ ਬਣਾਇਆ ਗਿਆ ਹੈ ਪੰਜਾਬ ਦੇ ਐਡਵੋਕੇਟ ਜਨਰਲ, ਉਹਨਾਂ ਦੀ ਨਿਯੁਕਤੀ ਤੋਂ ਨਵਜੋਤ ਸਿੰਘ ਸਿੱਧੂ ਖੁਸ਼ ਨਹੀਂ ਹੈ, ਜਿਹੜਾ ਕਿ ਸੁਮੇਧ ਸੈਣੀ ਦਾ ਵਕੀਲ ਰਿਹਾ ਹੈ। ਸੁਮੇਧ ਸੈਣੀ ਨੂੰ ਬਚਾਉਣ ਵਾਲਾ ਹਰ ਕੇਸ ਦੇ ਵਿੱਚੋਂ ਜਿਹੜਾ ਵਕੀਲ ਹੈ ਉਸਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਉਣ ਦੇ ਨਾਲ ਤੁਸੀਂ ਕਿਵੇਂ ਪੰਜਾਬ ਦਾ ਭਲਾ ਕਰ ਸਕੋਗੇ? ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਨਾਰਾਜ਼ ਹੈ। ਦੂਜੀ ਗੱਲ, ਰਾਣਾ ਗੁਰਜੀਤ ਸਿੰਘ, ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਜਾਣ ਤੋਂ ਨਵਜੋਤ ਸਿੰਘ ਸਿੱਧੂ ਨਾਰਾਜ਼ ਹੈ। ਰਾਣਾ ਗੁਰਜੀਤ ਸਿੰਘ ਉਹ ਮੰਤਰੀ ਹੈ ਜਿਹੜਾ ਪਹਿਲਾਂ ਵੀ ਇਸ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ, ਪਰ ਉਹਨਾਂ ਨੂੰ ਮਾਈਨਿੰਗ ਦੇ ਮਾਮਲੇ 'ਤੇ ਅਸਤੀਫਾ ਦੇਣਾ ਪਿਆ ਸੀ। ਰਾਣਾ ਗੁਰਜੀਤ ਸਿੰਘ ਇਸ ਵਕਤ ਜਿਹੜੀ ਨਵੀਂ ਕੈਬਨਿਟ ਹੈ ਉਸ ਦੇ ਵਿੱਚ ਸਭ ਤੋਂ ਅਮੀਰ ਜਿਹੜੇ ਮੰਤਰੀ ਹੈਗੇ ਨੇ, ਜਿਨ੍ਹਾਂ ਦੇ ਕੋਲ ਸਭ ਤੋਂ ਵੱਧ ਜਾਇਦਾਦ ਹੈ, ਸਾਰੇ ਜਿਹੜੇ ਹੁਣ ਮੌਜੂਦਾ ਮੰਤਰੀ ਨੇ ਉਹਨਾਂ ਵਿੱਚੋਂ ਸਭ ਤੋਂ ਵੱਧ। ਸਾਨੂੰ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ, ਇਸ ਕਰਕੇ ਮੈਂ ਇਸ ਅਹੁਦੇ 'ਤੇ ਬਣਿਆ ਨਹੀਂ ਰਹਿ ਸਕਦਾ। ਹਾਲਾਂਕਿ ਇਹ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੇ ਨਾਲ ਹੀ ਰਹਾਂਗਾ, ਪਰ ਮੈਂ ਇਸ ਅਹੁਦੇ 'ਤੇ ਨਹੀਂ ਰਹਾਂਗਾ। ਨਵਜੋਤ ਸਿੰਘ ਸਿੱਧੂ ਨੇ ਸਾਫ਼ ਸਾਫ਼ ਕਹਿੰਦੇ ਹਾਈਕਮਾਨ ਨੂੰ ਕਿਹਾ ਕਿ 5 ਕੁ ਦਿਨਾਂ ਦੀ ਹਾਲੇ ਸਰਕਾਰ ਹੈ, 5 ਦਿਨਾਂ ਦੇ ਵਿੱਚ ਹੀ ਭ੍ਰਿਸ਼ਟਾਚਾਰ ਹੈ ਜਿਹੜਾ ਉਹ ਸਰਕਾਰ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ, ਤਾਂ ਫਿਰ ਅੱਗੇ ਕੀ ਹੋਏਗਾ? ਕੀ ਅਸੀਂ ਸੋਚ ਸਕਦੇ ਹਾਂ ਕਿ ਅੱਗੇ ਚੰਗੇ ਨਤੀਜੇ ਨੇ ਜਿਹੜੇ ਉਹ ਪੰਜਾਬ ਦੇ ਭਵਿੱਖ ਨੂੰ ਲੈ ਕੇ ਆਉਣਗੇ? ਇਸ ਕਰਕੇ ਮੈਂ ਇਸ ਅਹੁਦੇ 'ਤੇ ਬਣਿਆ ਨਹੀਂ ਰਹਿ ਸਕਦਾ। ਹਾਲਾਂਕਿ ਬਹੁਤ ਸਾਰੀਆਂ ਹੁਣ ਚਰਚਾਵਾਂ ਨੇ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ, ਕਿ ਸਿੱਧੂ ਨੂੰ ਜਿਹੜਾ ਹੈਗਾ ਨਿਯੁਕਤੀਆਂ ਨੂੰ ਲੈ ਕੇ ਨਾਰਾਜ਼ਗੀ ਹੈ, ਸ਼ਾਇਦ ਕੁਛ ਨਿਯੁਕਤੀਆਂ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਤੇ ਨਹੀਂ ਹੋਈਆਂ, ਇਸ ਕਰਕੇ ਉਹ ਨਾਰਾਜ਼ ਨੇ, ਉਹਨਾਂ ਦੀ ਗੱਲ ਨਹੀਂ ਮੰਨੀ ਗਈ, ਇਸ ਕਰਕੇ ਨਾਰਾਜ਼ ਨੇ। ਹਾਲਾਂਕਿ ਜਿਸ ਦਿਨ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਇਆ ਹੈ, ਨਵੀਂ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ, ਤਾਂ ਨਵਜੋਤ ਸਿੰਘ ਸਿੱਧੂ ਉਸ ਵਕਤ ਮੌਜੂਦ ਸਨ। ਹਾਲਾਂਕਿ ਪਹਿਲੇ 2-3 ਦਿਨ ਜਿਵੇਂ ਚਰਨਜੀਤ ਸਿੰਘ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਨਜ਼ਰ ਆਏ ਸੀ, ਉਸ ਤੋਂ ਬਾਅਦ ਲਗਾਤਾਰ ਕਈ ਦਿਨ ਹੋ ਗਏ ਉਹ ਚਰਨਜੀਤ ਸਿੰਘ ਚੰਨੀ ਦੇ ਨਾਲ ਨਜ਼ਰ ਨਹੀਂ ਆਏ। ਇਹ ਵੀ ਸਵਾਲ ਉੱਠ ਰਹੇ ਨੇ ਕਿ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਮੰਤਰੀ ਬਣਾਉਣ 'ਤੇ ਕੋਈ ਦਿੱਕਤ ਤਾਂ ਨਹੀਂ? ਪਰ ਜੋ ਉਹਨਾਂ ਨੇ ਗੱਲ ਕਹੀ ਹੈ APS ਦਿਓਲ ਅਤੇ ਰਾਣਾ ਗੁਰਜੀਤ ਸਿੰਘ, ਦੋ ਭ੍ਰਿਸ਼ਟ ਨਾਮ ਨੇ ਜਿਹੜੇ ਉਹ ਲਏ ਨੇ, ਅਤੇ ਇਹ ਵੀ ਹੁਣ ਖਬਰਾਂ ਮਿਲ ਰਹੀਆਂ ਨੇ। ਇਕਬਾਲਪ੍ਰੀਤ ਸਿੰਘ ਸਹੋਤਾ, ਪੰਜਾਬ ਦੇ ਨਵੇਂ DGP ਲਾਇਆ ਗਿਆ ਇਹਨਾਂ ਨੂੰ, ਇਸ ਨਾਮ ਤੋਂ ਵੀ ਸਿੱਧੂ ਨੂੰ ਤਕਲੀਫ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਇਹ ਮੰਨਦੇ ਨੇ ਕਿ ਜਦੋਂ ਬੇਅਦਬੀ ਦਾ ਮਾਮਲਾ ਹੋਇਆ ਸੀ ਜਾਂ ਫਿਰ ਸਾਰਾ ਰਾਮ ਰਹੀਮ ਵਾਲਾ ਕਾਂਡ ਹੋਇਆ ਸੀ, ਉਸ ਵਕਤ ਉਸ ਸਮਝੌਤੇ ਦੇ ਵਿੱਚ ਜਾਂ ਉਸ ਮਾਫ਼ੀ ਦੇ ਵਿੱਚ ਸਹੋਤਾ ਵੀ ਸ਼ਾਮਿਲ ਸੀ। ਇਸ ਖਬਰ ਤੋਂ ਬਾਅਦ ਜ਼ਾਹਿਰ ਤੌਰ 'ਤੇ ਹੁਣ ਸਾਰੇ ਇਹੀ ਸੋਚ ਰਹੇ ਹੋਣਗੇ ਕਿ ਪੰਜਾਬ ਕਾਂਗਰਸ ਦਾ ਜਿਹੜਾ ਭੁਚਾਲ ਹੈ, ਪੰਜਾਬ ਕਾਂਗਰਸ ਦਾ ਅੰਦਰੂਨੀ ਘਮਸਾਣ ਹੈ, ਉਹ ਨਹੀਂ ਖਤਮ ਹੋਣਾ। ਵੋਟਾਂ ਸਿਰ 'ਤੇ ਨੇ, ਵੋਟਾਂ ਤੱਕ ਪੰਜਾਬ ਕਾਂਗਰਸ ਆਪਣੇ ਇਸ ਅੰਦਰੂਨੀ ਮਸਲੇ ਨੂੰ ਸੁਲਝਾ ਸਕਦੀ ਹੈ ਜਾਂ ਨਹੀਂ ਸਕਦੀ, ਇਸ ਦਾ ਕਾਫੀ ਹੱਦ ਤੱਕ ਜਿਹੜੀ ਇਹ ਗੱਲ ਹੈ ਉਹ ਸਾਫ਼ ਹੋ ਚੁੱਕੀ ਹੈ, ਕਿਉਂਕਿ ਕਦੇ ਕਿਸੇ ਨੂੰ ਪਰੇਸ਼ਾਨੀ ਹੋ ਜਾਂਦੀ ਹੈ, ਕਦੇ ਕੋਈ ਰੁੱਸ ਜਾਂਦਾ, ਯਾਨੀ ਕਿ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਹਾਲੇ ਵੀ ਨਹੀਂ ਚੱਲ ਰਿਹਾ। ਨਵਜੋਤ ਸਿੰਘ ਸਿੱਧੂ ਨੇ ਜਿਵੇਂ ਬਗਾਵਤ ਕਰਕੇ ਮਜਬੂਰ ਕਰ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਛੱਡਣ ਦੇ ਲਈ, ਉਸ ਤੋਂ ਬਾਅਦ ਇੱਕਦਮ ਆਪ ਵੀ ਗੱਦੀ ਛੱਡ ਦਿੱਤੀ, ਤਾਂ ਸੋਚਿਆ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ ਕਿ ਅੰਦਰ ਖਾਤੇ ਕੀ ਕੁਛ ਚੱਲ ਰਿਹਾ। ਨਵੀਂ ਸਰਕਾਰ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੇ ਕਹਿਣ ਦੇ ਮੁਤਾਬਿਕ ਨਿਯੁਕਤੀਆਂ ਨਹੀਂ ਹੋ ਰਹੀਆਂ, ਇਹ ਵੱਖਰਾ ਸਵਾਲ ਹੈ, ਪਰ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਇਹ ਕਹਿ ਰਹੇ ਨੇ ਕਿ ਭ੍ਰਿਸ਼ਟ ਵਿਅਕਤੀਆਂ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਉਹਨਾਂ ਦੇ ਨਾਲ ਕੰਮ ਨਹੀਂ ਕਰ ਸਕਦਾ, ਭਵਿੱਖ ਹੈ ਜਿਹੜਾ ਪੰਜਾਬ ਦਾ ਉਹਦੇ ਨਾਲ ਮੈਂ ਕੋਈ ਸਮਝੌਤਾ ਨਹੀਂ ਕਰ ਸਕਦਾ। ਯਾਨੀ ਕਿ ਇੱਥੇ ਇਹ ਵੀ ਵੱਡੇ ਸਵਾਲ ਉੱਠ ਖੜੇ ਨੇ ਕਿ ਹੁਣ ਜਿਹੜੀ ਨਵੀਂ ਸਰਕਾਰ ਬਣੀ ਹੈ, ਪੰਜਾਬ ਕਾਂਗਰਸ ਦੀ ਹੀ ਸਰਕਾਰ ਬਣੀ ਹੈ, ਉਹ ਵੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸੇ ਹੀ ਤਰ੍ਹਾਂ ਦੀ ਪਰਫੋਰਮੈਂਸ ਹੈ ਜਿਹੜੀ ਉਹ ਦੇਵੇਗੀ, ਤਾਂ ਹੀ ਨਵਜੋਤ ਸਿੰਘ ਸਿੱਧੂ ਨੇ ਐਡਾ ਵੱਡਾ ਕਦਮ ਹੈ ਜਿਹੜਾ ਉਹ ਚੁੱਕਿਆ। ਹਾਲਾਂਕਿ ਸਿਆਸੀ ਪੰਡਤ ਇਹ ਵੀ ਕਹਿ ਰਹੇ ਨੇ ਕਿ ਜੇ ਕੋਈ ਦਿੱਕਤ ਸੀ, ਨਵਜੋਤ ਸਿੰਘ ਸਿੱਧੂ ਰਿਵੋਲਟ ਕਰ ਸਕਦੇ ਸੀ, ਬਗਾਵਤ ਕਰ ਸਕਦੇ ਸੀ, ਆਪਣਾ ਗੁੱਸਾ ਗਿਲਾ ਜ਼ਾਹਿਰ ਕਰ ਸਕਦੇ ਸੀ, ਪਰ ਇੰਨਾ ਵੱਡਾ ਕਦਮ ਚੁੱਕਣਾ ਕਿ ਸਿੱਧਾ ਹੀ ਉਹਨਾਂ ਨੇ ਅਸਤੀਫਾ ਦੇ ਦਿੱਤਾ, ਯਾਨੀ ਕਿ ਕੁਛ ਬਹੁਤ ਕੁਛ ਵੱਡਾ ਜਿਹੜਾ ਉਹ ਵਾਪਰ ਰਿਹਾ ਹੈ। ਧੰਨਵਾਦ।